बिस्मिल्लाहिर्रहमानिर्रहीम अस्सलाम वालेकुम सत श्री अकाल प्रणाम प्यारे दोस्तों, जिवें कि तुहानू पता है कि असी लहिंदे पंजाब दे मुख्तलिफ पिंडां च जाके मुख्तलिफ थावां ते जाके बजुर्गों को 1947 दियां ते 1947 तो पहले दियां गल्लां बातां सुनी दियां, ते अज असी उही कहानी उही हिस्टरी सुनने वास्ते हाज़र होए हैं जी जिमीदारा कलोनी दे एक बजुर्गों को जिहड़े साडे नाल बैठे आ। ते आओ जी सुनदे आ इहनां कोलों 1947 दी वंडती ते वंड तो पहले दी गल्लबात। तो इस तो पहले कि असी बजुर्गों नाल गलबात शुरू करिए, जे तुसी तुहाडे अपने यूट्यूब चैनल CTN पंजाबी TV ते पहली बारी आए हो तो चैनल नूं सबसक्राइब करके बैल दा बटन जरूर दबा दिओ, ताकि इस तो बाद आउण वालियां सारियां वंडदियां ते हिजरत दियां कहानियां सब तो पहले तुहाडे तक पहुँचदियां रहन। ते आओ जी करदे हां गल साडे नाल बैठे होए अज दे साडे मेहमान बजुर्गों नाल। अस्सलाम वालेकुम बाबा जी। वालेकुम सलाम। की हाल चाल है जी? अल्लाह दा शुक्र है। सेहत तबीयत ठीक है जी? ठीक। ते नां की अपना जी? असगर अली। ते तुहाडे अब्बा जी दा जी? बरकत अली। दादे दा भी चेते है जी? झंडे खां। झंडे खां। ते बरादरी केड़ी है जी? राजपूत बिरादरी। राजपूत बरादरी। ते ये किन्नी उम्र सी जी जदों आ 47 वाले रौले पए आ? 7वां साल। 7 सालां दा दंद उखड़े सी उस वेले। अच्छा अच्छा, मसलन जदों 47 वाली हिजरत हुई आ उदों तुहाडे दंद उखड़े सीगे? अच्छा अच्छा। ते ये पिंड बाबा जी केड़ा सीगा जिथे तुहाडा जमपल होया, जिथे तुसी ओ 7 साल गुजारे? गाजी गडाणा। गाजी गडाणा। ते तहसील जी? तहसील पलथ। पलथां दे आ तुसी। ते जिला? जिला जलंधर सी, रियासत कपूरथला। ते ये जिहड़ा अपना पिंड सी बाबा जी गाजी गडाणा, ये सारा मुसलमाना दा पिंड सी? मुसलमान सालन। अच्छा। ते किन्नियां पत्तियां किन्नियां सी पिंड दियां जी? नंबरदार है 3। अच्छा। ਤੇ ਉਹ ਕਿਹੜੀ ਬਰਾਦਰੀ ਦੇ ਸੀਗੇ ਜੀ? ਉਹ ਵੀ ਰਾਜਪੂਤ ਬਰਾਦਰੀ। ਇਹ ਮੁਸਲਮਾਨਾਂ ਦੀ ਸਾਰੀ ਰਾਜਪੂਤ ਬਰਾਦਰੀ ਸੀਗੀ? ਚਾਕੀ ਸਾਲਮ ਰਾਜਪੂਤਾਂ ਦਾ ਸੀ। ਅੱਛਾ। ਰਕਬੇ ਆਪਦੇ ਹਰ ਚੀਜ਼। ਅੱਛਾ ਅੱਛਾ। ਤੇ ਉਹ ਨੰਬਰਦਾਰ ਜਿਹੜੇ ਸੀ ਉਹਨਾਂ ਦਾ ਵੀ ਕੋਈ ਨਾਂ ਚੇਤੇ ਆ ਜੀ? ਨੰਬਰਦਾਰ ਜੀ ਇੱਕ ਤਾਂ ਸਾਡਾ ਤਾਇਆ। ਕੀ ਨਾਂ ਸੀ ਉਹਨਾਂ ਦਾ ਜੀ? ਮਹਿਮੂਦ ਖਾਂ। ਮਹਿਮੂਦ ਖਾਂ ਰਾਜਪੂਤ। ਹਾਂ। ਅੱਛਾ ਜੀ। ਦੂਸਰਾ ਉਹ ਵੀ ਰਾਜਪੂਤ ਦਾ, ਗੁਲਾਮ ਹੈਦਰ ਖਾਂ। ਅੱਛਾ ਜੀ। ਤੀਸਰਾ ਜਿਹੜਾ ਉਹਦਾ ਨਾਂ ਹੀ ਹੁਣ ਯਾਦ ਨੇ, ਵਿਚਾਰਾ ਫੌਤ ਹੋ ਗਿਆ ਸੀ ਉੱਥੇ ਹੀ। ਅੱਛਾ, ਉੱਥੇ ਹੀ ਫੌਤ ਹੋ ਗਿਆ ਸੀ? ਉਹ ਉੱਥੇ ਹੋ ਗਿਆ। ਅੱਛਾ। ਤੇ ਜਿਹੜੇ ਦੂਜੇ ਦੋ ਨੰਬਰਦਾਰ ਸੀ ਜਿਹਨਾਂ ਦੇ ਨਾਂ ਚੇਤੇ, ਉਹ ਇੱਧਰ ਆ ਗਏ ਸੀ? ਉਹ ਇੱਧਰ ਆ ਗਏ। ਅੱਛਾ ਅੱਛਾ। ਤੇ ਇਹ ਜਿਹੜਾ ਆਪਣਾ ਪਿੰਡ ਆ ਬਾਬਾ ਜੀ, ਇਹਦੇ 'ਚ ਵਾਹੀ ਵੂਹੀ ਲੋਕ ਕਰਦੇ ਸੀ ਜਾਂ ਕੋਈ ਦੁਕਾਨਾਂ ਕੋਈ ਕਾਰੋਬਾਰ ਵੀ ਹੁੰਦੇ ਸੀ? ਨਹੀਂ, ਕਾਸ਼ਤ ਕਰਦੇ ਸਾਰੇ। ਸਾਰਿਆਂ ਦੀ? ਤੇ ਆਪਣੇ ਵਡੇਰੇ ਜਿਹੜੇ ਸੀ ਉਹ ਵੀ ਕਾਸ਼ਤਕਾਰੀ ਕਰਦੇ ਸੀ? ਕਾਸ਼ਤ। ਅੱਛਾ। ਤੇ ਵਾਹੀ ਵੂਹੀ ਕਾਹਦੀ ਹੁੰਦੀ ਸੀ? ਖੂਹਾਂ ਦੀ ਕਿ ਨਹਿਰੀ ਪਾਣੀ ਲੱਗਦਾ? ਨਹੀਂ, ਨਹਿਰੀ ਪਾਣੀ ਉੱਥੇ ਕੋਈ ਨਹੀਂ, ਖੂਹ। ਖੂਹ ਹੁੰਦੇ ਸੀ? ਅੱਛਾ ਅੱਛਾ। ਪਾਣੀ ਲੱਗਦਾ ਸੀ ਤੁਹਾਡੇ ਰਕਬੇ ਨੂੰ ਜਿਸ ਖੂਹ ਦਾ, ਉਹ ਕਿਹੜਾ ਖੂਹ ਹੁੰਦਾ ਸੀਗਾ? ਲੋਹੇ ਦਾ, ਪਹਿਲੇ ਮਿੱਟੀ ਦੇ ਲੋਟੇ ਹੁੰਦੇ ਸੀ। ਅੱਛਾ। ਫਿਰ ਖੂਹ ਬਣਾ, ਮਾਲਾਂ ਬਣ ਗਈਆਂ ਪੱਕੀਆਂ ਲੋਟੇ, ਫਿਰ ਪੱਕੇ ਸਾਰਾ ਕੁਝ ਪੱਕਾ ਹੋ ਗਿਆ। ਪੱਕਾ ਹੋ ਗਿਆ। ਨਹੀਂ, ਉਹ ਬਾਅਦ ਪਿੰਡਾਂ ਦੇ ਵਿੱਚ ਨਾਂ ਸੀ ਨਾ ਜੀ ਕਿ ਆਹ ਫਲਾਨੇ ਵਾਲਾ, ਝੰਡੇ ਵਾਲਾ ਖੂਹ, ਅਤੇ ਆਹ ਫਲਾਨੇ ਵਾਲਾ ਖੂਹ, ਨਿਆਮਤ ਵਾਲਾ ਖੂਹ, ਇਸ ਤਰ੍ਹਾਂ ਨਾਂ ਰੱਖੇ ਹੁੰਦੇ ਸੀ? ਨਹੀਂ, ਇਹ ਕੋਈ ਨਹੀਂ ਬਾਈ। ਅੱਛਾ। ਅਤੇ ਖੂਹ ਹੁੰਦੇ ਪਿੰਡ 'ਚ ਕਿੰਨੇ ਕੁ ਸੀਗੇ? ਖੂਹ ਬੇਭਾ ਸੀ। ਅੱਛਾ। ਦੋ ਖੂਹ ਦੇ ਸਾਡੇ ਸੀ ਜਿੱਥੇ ਅਸੀਂ, ਜਿਹੜੀ ਤੁਹਾਡੇ ਰਕਬੇ ਨਾਲ ਰਕਬਾ ਸੀ ਇੱਕ ਪਾਸੇ। ਅਤੇ ਰਕਬਾ ਚੇਤੇ ਆ ਜੀ ਪਿੰਡ ਦੇ ਕਿਹੜੇ ਪਾਸੇ ਹੁੰਦਾ ਸੀਗਾ? ਲਹਿੰਦੇ ਚੜ੍ਹਦੇ ਦੱਖਣ ਪਹਾੜ ਅਗਰ ਆਪਾਂ ਦੇਖੀਏ, ਜਾਂ ਮਸ਼ਰਕ ਮਗਰਬ ਸ਼ਮਾਲ? ਸਾਡਾ ਸੀ ਜੀ, ਮਤਲਬ ਸੱਜਾ ਪਾਸਾ ਜਿਹੜਾ ਨਾ, ਲਹਿੰਦੇ ਪਾਸੇ। ਲਹਿੰਦੇ ਪਾਸੇ ਸੀਗਾ। ਅੱਛਾ। ਅਤੇ ਫਸਲਾਂ ਬਾਬਾ ਜੀ ਉੱਥੇ ਕਿੱਦਾਂ ਦੀਆਂ ਬੀਜਦੇ ਹੁੰਦੇ ਸੀਗੇ? ਫਸਲਾਂ ਠੀਕ ਠਾਕ ਹੁੰਦੀ। ਨਹੀਂ, ਕੀ ਬੀਜਦੇ ਹੁੰਦੇ ਸੀ ਉੱਥੇ? ਛੋਲੇ ਹੁੰਦੇ ਸੀਗੇ, ਕਣਕ ਹੁੰਦੀ? ਕਣਕ। ਅੱਛਾ। ਛੋਲੇ, ਇਹ ਆਮ ਫਸਲ ਆਈ। ਮਕਈ। ਮਕਈ। ਅਤੇ ਉਦੋਂ ਆ ਦੇਸੀ ਜਾਂ ਕਪਾਹ ਨਰਮਾ ਜਿਹੜਾ, ਇਹ ਤਾਂ ਨਹੀਂ ਬੀਜਦੇ? ਦੇਸੀ ਕਪਾਹ ਹੁੰਦੀ ਸੀ। ਦੇਸੀ ਹੁੰਦੀ ਸੀ, ਨਰਮਾ ਨਹੀਂ। ਅੱਛਾ। ਅਤੇ ਤੁਸੀਂ ਇਹ ਬਾਬਾ ਜੀ ਫਿਰ 7 ਸਾਲ ਦੀ ਉਮਰ ਦੇ ਵਿੱਚ ਖੇਡਦੇ ਮਲਦੇ ਹੀ ਰਹਿ ਕੇ ਸਕੂਲੇ ਜਾਣਾ ਸ਼ੁਰੂ ਕਰਤਾ ਸੀ? ਨਹੀਂ ਨਹੀਂ, ਸਕੂਲੇ ਇੱਥੇ ਆ ਕੇ ਪਾਕਿਸਤਾਨ 'ਚ ਆਏ ਅਤੇ ਫਿਰ ਸਕੂਲ ਗਏ। ਅੱਛਾ। ਪਿੰਡ 'ਚ ਸਕੂਲ ਹੁੰਦਾ ਸੀ? ਇੱਥੇ ਕਿ ਉੱਥੇ? ਉੱਥੇ ਉੱਥੇ, ਇਹ ਕੋਈ ਪਤਾ ਨਹੀਂ ਬਈ। ਐਡੀ ਮਤਲਬ ਖੇਡਦੇ ਹੀ ਰਹੇ ਹਾਂ ਫਿਰ? ਹਾਂ। ਅੱਛਾ ਅੱਛਾ ਅੱਛਾ। ਅਤੇ ਇਹ ਘਰ ਚੇਤੇ ਆ ਜੀ ਪਿੰਡ 'ਚ ਕਿੱਥੇ ਹੁੰਦਾ ਸੀ, ਕਿਹਦੇ ਕੋਲ ਕੋਲ ਘਰ ਹੁੰਦੇ ਸੀਗੇ, ਜਾਂ ਕਿਹੜੇ ਪਾਸੇ ਹੁੰਦਾ ਸੀਗਾ? ਲਹਿੰਦੇ ਪਾਸੇ। ਲਹਿੰਦੇ ਪਾਸੇ। ਆਂਢ ਗੁਆਂਢ ਕਿਹੜੇ ਕਿਹੜੇ ਘਰ ਹੁੰਦੇ ਸੀਗੇ ਜੀ, ਜਿਹੜੇ ਕੋਈ ਤੁਹਾਡੇ ਹਾਣੀ ਮੁੰਡੇ ਹੋਣ ਉਹਨਾਂ ਦੇ ਨਾਂ ਚੇਤੇ ਹੋਣ, ਜਾਂ ਵੱਡਿਆਂ ਦੇ? ਨਾਲ ਇੱਕ ਗਾਰਾ ਨੂਰਮਲ। ਅੱਛਾ। ਉਹ ਵੀ ਰਾਜਪੂਤ ਚਾਚਾ ਜੀ ਸਾਡਾ। ਅੱਛਾ। ਉਹਦਾ ਘਰ ਸੀ ਇੱਕ ਚਾਚਾ ਜੀ ਅੱਗੋਂ, ਨਾਲ ਫਿਰ ਗੁਲਾਮ ਭੀਖ।
ਅੱਛਾ ਤੇ ਗੁਲਾਮ ਮਦ ਅੱਛਾ ਇਹਨਾਂ ਦੇ ਘਰ ਹੈ ਇਹਨਾਂ ਦੇ ਘਰ ਸੀ ਅੱਛਾ ਤੇ ਇਹ ਬਾਬਾ ਜੀ ਮੇਲਾ ਮੂਲਾ ਵੀ ਕੋਈ ਲੱਗਦਾ ਹੁੰਦਾ ਸੀ ਲਾਗੇ ਛਾਗੇ ਜਿਹਦੇ 'ਚ ਤੁਸੀਂ ਵੀ ਕੋਈ ਵੱਡਿਆਂ ਦੇ ਕਢੇਰਿਆਂ 'ਤੇ ਚੜ੍ਹ ਕੇ ਗਏ ਹੋਵੋ ਮੇਲਾ ਸੀ ਵਿੱਚ ਸਾਡੇ ਸ਼ਹਿਰ 'ਚ ਲੱਗਦੇ ਪਿੰਡ ਦੇ ਅੱਛਾ ਨਾਲ ਜਮਾਲ ਜਮਾਤ ਜਮਾਲ ਸ਼ਾਹ ਜਮਾਲ ਸ਼ਾਹ ਅੱਛਾ ਅੱਛਾ ਉਹ ਜਮਾਲ ਸ਼ਾਹ ਦਾ ਦਰਬਾਰ ਬਣਿਆ ਸੀ ਦਰਬਾਰ ਤਕੜਾ ਦਰਬਾਰ ਹੁੰਦਾ ਸੀ ਨਹੀਂ ਵਾਹਵਾ ਸੀ ਦਰਬਾਰ ਬਣਿਆ ਪੱਕਾ ਅੱਛਾ ਅੱਛਾ ਜਾਂਦੇ ਹੁੰਦੇ ਸੀ ਜੀ ਮੇਲੇ 'ਤੇ ਹਾਂ ਤਾਇਆ ਸਾਡੇ ਨਾਲ ਲੈ ਜਾਂਦਾ ਹੁੰਦਾ ਸੀ ਨੰਬਰਦਾਰ ਲੈ ਜਾਣਾ ਮੇਲ ਫੇਰ ਚੁਰਾ ਕੇ ਮੇਲੇ ਅੱਛਾ ਅੱਛਾ ਉਸ ਲਿਆ ਗਾਉਣੇ ਵਜਾਉਣੇ ਵਾਲੇ ਹੁੰਦੇ ਸੀਗੇ ਨਕਲੀਏ ਅੱਛਾ ਮਠਿਆਈਆਂ ਮਠੀਆਂ ਵੀ ਹੁੰਦੀਆਂ ਹੋਣਗੀਆਂ ਮਠਿਆਈਆਂ ਵੀ ਮੈਂ ਕਿਹਾ ਹੋਣਗੀਆਂ ਫਿਰ ਹਾਂ ਮਠਿਆਈ ਦੁਕਾਨਾਂ ਹੁੰਦੀਆਂ ਉਹ ਕਿੱਦਾਂ ਦੀਆਂ ਹੁੰਦੀਆਂ ਸੀ ਜਾਂ ਦੇਸੀ ਘਿਓ ਦੀਆਂ ਕਿ ਅੱਜ ਕੱਲ੍ਹ ਨਹੀਂ ਨਹੀਂ ਦੇਸੀ ਆ ਇਹ ਤਾਂ ਨਾਂ ਹੀ ਹੈ ਨਹੀਂ ਸੀ ਉਸ ਵੇਲੇ ਤਾਂ ਅੱਛਾ ਦੇਸੀ ਸੀ ਉਸ ਵੇਲੇ ਅੱਛਾ ਅਤੇ ਘਰਾਂ 'ਚ ਲੈ ਕੇ ਆਉਂਦੇ ਹੋਵੋਗੇ ਜੀ ਮਠਿਆਈਆਂ ਵੀ ਫਿਰ ਹਾਂ ਫਿਰ ਮੇਲੇ ਤੋਂ ਲਿਆਉਂਦੇ ਸੀ ਅੱਛਾ ਅਤੇ ਇਹ ਬਾਬਾ ਜੀ ਤੁਸੀਂ ਦੱਸਿਆ ਵੀ ਆਪਣਾ ਪਿੰਡ ਜਿਹੜਾ ਉਹ ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ ਮੁਸਲਮਾਨ ਅਤੇ ਇਹ ਫਿਰ 47 ਦੇ ਵਿੱਚ ਜਦੋਂ ਗਦਰ ਪਿਆ ਉਜਾੜੇ ਪਏ ਆ ਉਹਦੀ ਕੋਈ ਕਹਾਣੀ ਸੁਣਾਓ ਵੀ ਕਿੱਦਾਂ ਆਪਣੇ ਪਿੰਡ 'ਚ ਤਲਾਹ ਪਹੁੰਚੀ ਅਤੇ ਕਿੱਦਾਂ ਉੱਥੋਂ ਉੱਠਣਾ ਪਿਆ ਅਤੇ ਕਿੱਦਾਂ ਉੱਠ ਕੇ ਆਏ ਨਹੀਂ ਸਾਨੂੰ ਤਾਂ ਜੀ ਬੈਠੇ ਸੀ ਤਾਂ ਹੁਕਮ ਆਇਆ ਅੱਛਾ ਪੁਲਿਸ ਆਈ ਡੋਗਰਾ ਪੁਲਿਸ ਅੱਛਾ ਉਹਨਾਂ ਆਖਿਆ ਵੀ ਹੁਣ ਤੁਸੀਂ ਉੱਠ ਕਰੋ ਅੱਛਾ ਅਸੀਂ ਫਿਰ ਅੰਬਰ ਸਾਡੇ ਸੜਕ ਆਉਂਦੀ ਸੀ ਜਲੰਧਰ 'ਚੋਂ ਅੰਬਰਸਰ ਨੂੰ ਅੱਛਾ ਪੱਕੀ ਸੜਕ ਰੇਲਵੇ ਲਾਈਨ ਵੀ ਉਹ ਪੱਕੀ ਸੜਕ ਅਗਲਿਆਂ ਤੋਰ ਲਿਆ ਪੈਦਲ ਹੀ ਅੱਛਾ ਤੋਰ ਕੇ ਤਾਂ ਆ ਗਏ ਹਾਂ ਖਲਚੀਆਂ ਇੱਕ ਰਾਹ ਜਾਡਾ ਹੁੰਦਾ ਖਲਚੀਆਂ ਖਲਸੀਆਂ ਹਾਂ ਅੰਮ੍ਰਿਤਸਰ ਦੇ ਇਲਾਕੇ 'ਚ ਅੱਛਾ ਉੱਥੇ ਆ ਗਿਆ ਉੱਥੇ ਰਾਤ ਗੁਜ਼ਾਰੀ ਸਵੇਰੇ ਉੱਥੋਂ ਫਿਰ ਅਗਲਿਆਂ ਤੋਰਿਆ ਅੰਮ੍ਰਿਤਸਰ ਵਾਹਗਾ ਬਾਰਡਰ ਅੱਛਾ ਪਾਕਿਸਤਾਨ 'ਚ ਆ ਗਿਆ ਅੱਛਾ ਅਤੇ ਇਹ ਸਾਰਾ ਕਾਫਲਾ ਤੁਹਾਡਾ ਅਮਨਾਮਾਨ ਆ ਗਿਆ ਸੀ ਅਮਨਾਮਾਨ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਅਤੇ ਇਹ ਫਿਰ ਜਦੋਂ ਤੁਸੀਂ ਉੱਥੋਂ ਆਉਣ ਲੱਗੇ ਸੀਗੇ ਜੀ ਅਤੇ ਆਪਦਾ ਘਰਾਂ ਦਾ ਜਿਹੜਾ ਸਮਾਨ ਸੀ ਮਾਲ ਮੱਡੀ ਉਹ ਲੈ ਆਉਂਦੀ ਸੀ ਨਹੀਂ ਅੱਛਾ ਉਹ ਸਭ ਉੱਥੇ ਹੀ ਆਪਣੀਆਂ ਜਾਨਾਂ ਹੀ ਲੈ ਕੇ ਬਸ ਅਤੇ ਪੈਦਲ ਹੀ ਨਿਕਲੇ ਸੀ ਉੱਥੋਂ ਕਿ ਗੱਡੇ ਪੈਦਲ ਪੈਦਲ ਵੀ ਗੱਡਾ ਵੀ ਸੀ ਗੱਡੇ 'ਚ ਸਿਰਫ ਖਾਣ ਦਾ ਸਮਾਨ ਦਾਣੇ ਅਤੇ ਬਿਸਤਰੇ ਬਸ ਬਾਕੀ ਜਿਹੜੇ ਸੀਗੇ ਆਵਾਮ ਸੀ ਜਿਹੜੀ ਉਹ ਸਾਰੀ ਤੁਰ ਕੇ ਆਵਾਮ ਸਭ ਪੈਦਲ ਹੀ ਜਾ ਰਹੇ ਅਤੇ ਰਾਹ 'ਚ ਜਦੋਂ ਤੁਸੀਂ ਆਉਂਦੇ ਸੀ ਉੱਥੇ ਰਾਹ 'ਚ ਆਉਂਦੇ ਕਿੱਦਾਂ ਦੇ ਹਾਲਾਤ ਦੇਖੇ ਜੀ ਲੋਕਾਂ ਦੇ ਉੱਥੋਂ ਆਉਣ ਦੇ ਵੀ ਕੀ ਦੁਨੀਆ ਬਾਰਿਸ਼ ਹੋਈ ਉਸ ਵੇਲੇ ਬੇਬਹਾ ਅੱਛਾ ਜੀ ਉਸ ਵੇਲੇ ਤਾਂ ਕਿਸੇ ਨੂੰ ਇਹ ਨਹੀਂ ਹੋਸ਼ ਵਾਸ ਰਹੀ ਫਿਰ ਪਾਕਿਸਤਾਨ ਬਾਰਡਰ 'ਤੇ ਆ ਕੇ ਮੱਝਾਂ ਸੀ ਗਾਈਆਂ ਆਪਦੇ ਢੱਗੇ ਅੱਛਾ ਸਭ ਕੁਝ ਉੱਥੇ ਫਿਰ ਛੱਡ ਦਿੱਤਾ ਸਿਰਫ ਇੱਕ ਜੋਗ ਲਿਆਂਦੀ ਜਿਹੜੀ ਗੱਡੇ ਦੀ ਜੁੱਤੀ ਅੱਛਾ ਜਿਹੜਾ ਪਿੱਛੋਂ ਲੈ ਆਏ ਸੀ ਉੱਥੇ ਆ ਕੇ ਉਹ ਵੀ ਛੱਡਤਾ ਉੱਥੇ ਛੱਡ ਦਿੱਤੇ ਸਿਰਫ ਇੱਥੇ ਤਾਂ ਜੋਗ ਅਤੇ ਬਿਸਤਰਾ ਅਤੇ ਜਾਂ ਕੋਈ ਆਟਾ ਦਾਣਾ ਸੀ ਗੱਡੇ 'ਤੇ ਉਹ ਜੋਗ ਰੱਖੀ ਬਾਕੀ ਸਭ ਛੱਡ ਅਤੇ ਕਿੰਨੇ ਦਿਨਾਂ 'ਚ ਉੱਥੋਂ ਚੱਲ ਕੇ ਇੱਥੇ ਪਹੁੰਚੇ ਸੀ ਜੀ ਮੇਰੇ ਖਿਆਲ ਅਸੀਂ ਚੌਥੇ ਦਿਨ ਪਹੁੰਚ ਗਏ ਸੀ ਚੌਥੇ ਦਿਨ ਪੈਦਲ ਚੱਲ ਕੇ ਪੈਦਲ ਅਤੇ ਪੈਦਲ ਹੀ ਹੋਰ ਕੋਈ ਰਾਹ 'ਚ ਫਿਰ ਕੋਈ ਖਾਣ ਪੀਣ ਦਾ ਜਿਹੜਾ ਉੱਥੇ ਕਿਤੇ ਬਹਿ ਕੇ ਰੋਟੀ ਪਾਣੀ ਪਕਾਉਂਦੇ ਹੁੰਦੇ ਸੀਗੇ ਜਾਂ ਬਾ ਜਿੱਦਾਂ ਦਾ ਲੱਭ ਰੋਟੀ ਪਕਾਉਣੀ ਆਪਦੀ ਇੱਦਾਂ ਦੀ ਗੱਲਾਂ ਜੇ ਰਹਿ ਮਸੀ ਸਨ ਖਾਣ ਪੀਣ ਦੀ ਤੰਗੀ ਨਹੀਂ ਆਈ ਰੋਟੀ ਆਪਦੀ ਪਕਾਉਂਦੇ ਰਹੇ ਅੱਛਾ ਇਹ ਜਦੋਂ ਤੁਸੀਂ ਆਉਣ ਲੱਗੇ ਸੀਗੇ ਜੀ ਉਦੋਂ ਤੁਹਾਡੀ ਹਿਫਾਜ਼ਤ ਵਾਸਤੇ ਉੱਥੇ ਦੇ ਲੋਕ ਜਿਹੜੇ ਸੀ ਉਹਨਾਂ ਨੇ ਕੋਈ ਤੁਹਾਡਾ ਸਾਥ ਸੂਥ ਦਿੱਤਾ ਸਿੱਖ ਸੀ ਜਾਂ ਹਿੰਦੂ ਸੀ ਜਿਹੜੇ ਇਹ ਹਿੰਦੂ ਤਾਂ ਆਏ ਨੇ ਸਿੱਖ ਸੀਗੇ ਅੱਛਾ ਸਾਡੇ ਮੇਰੇ ਤਾਏ ਦੇ ਦੋਸਤ ਜੀ ਅੱਛਾ ਉਹ ਆਏ ਆ ਅੱਛਾ ਉਹ ਕਿਹੜੇ ਪਿੰਡ ਦੇ ਸੀ ਜੀ ਉਹ ਪਿੰਡ ਜਗਰਾਵਾਂ ਜਗਰਾਵਾਂ ਦੇ ਜਗਰਾਵਾਂ ਸੀ ਨਾਲ ਹੀ ਅੱਛਾ ਛੋਟਾ ਜਿਹਾ ਪਿੰਡ ਸੀ ਉਹ ਆਏ ਆ ਦੋ ਜਣੇ ਅੱਛਾ ਜਿਹੜੇ ਆਏ ਤਾਂ ਅੱਗੇ ਇੱਥੇ ਪੁਲਿਸ ਪਈ ਫਿਰ ਜਿਹੜੀ ਆਈ ਜੀ ਸਾਡੀ ਹਿਫਾਜ਼ਤ ਵਾਸਤੇ ਹੁਣ ਫਿਰ ਤਾਇਆ ਕਹਿੰਦਾ ਜੀ ਉਹ ਸਾਡੇ ਵਾਸਤੇ ਆਇਆ ਇਹਨਾਂ ਨੂੰ ਕੁਛ ਨਾ ਕੋਈ ਲੁੱਟਣ ਨਹੀਂ ਆਏ ਉਹਨਾਂ ਫਿਰ ਆਖਿਆ ਜੀ ਕੋਈ ਸਾਡੇ 'ਤੇ ਹੁਕਮ ਹੈ ਤਾਂ ਦੱਸੋ ਆਟਾ ਦਾਣਾ ਜੋ ਵੀ ਹੈ ਉਸ ਵੇਲੇ ਉਹਨਾਂ ਫਿਰ ਆ ਜੋਗ ਦਿੱਤੀ ਉਹ ਜਗਰਾਵਾਂ ਵਾਲੇ ਸਿੱਖਾਂ ਨੇ ਵੀ ਆਹ ਲੈ ਲਓ ਅਤੇ ਆਹ ਗੱਡਾ ਅੱਛਾ ਅੱਛਾ ਆਪਣਾ ਸਮਾਨ ਲੱਦ ਲਓ ਜਿਹੜਾ ਲਿਜਾਣਾ ਲੈ ਜਾਓ ਉਹਨਾਂ ਨੇ ਇਹਦਾ ਮਤਲਬ ਆ ਵੀ ਤੁਹਾਡਾ ਜਿਹੜਾ ਤਾਇਆ ਸੀਗਾ ਨੰਬਰਦਾਰ ਜਿਹੜਾ ਸੀ ਉਹਦੀ ਗੱਲ ਕਰਦੇ ਨਾ ਉਹਦੇ ਨਾਲ ਉਹਨਾਂ ਨੇ ਯਰਾਨਾ ਨਿਭਾਇਆ ਫਿਰ ਹਾਂ ਬਿਲਕੁਲ ਅਤੇ ਹੁਣ ਬਾਬਾ ਜੀ 76 ਸਾਲ ਹੋ ਗਏ ਆ ਤੁਹਾਨੂੰ ਉਹ ਜਿਹੜਾ ਨਾ ਦੇਸ਼ ਛੱਡੇ ਨੂੰ ਅਤੇ ਕਦੀ ਚੇਤਾ ਆ ਜਾਂਦਾ ਉਹ ਘਰ ਦਾ ਉਹ ਆਪਣੀਆਂ ਫਸਲਾਂ ਦਾ ਉਹ ਮਰੱਬਿਆਂ ਦਾ ਜ਼ਮੀਨਾਂ ਦਾ ਇੱਕ ਬਰਾਦਰੀ ਦੇ ਇਕੱਠ ਦਾ ਉਹ ਚੇਤਾ ਤਾਂ ਆਉਂਦਾ ਹੀ ਆ ਅੱਲਾਹ ਤਾਲਾ ਜਿਹੜੇ ਹੁਕਮ ਆ ਉਹ ਤਾਂ ਮੰਨਣਾ ਪਿਆ ਸਭ ਛੱਡ ਕੇ ਆ ਗਏ ਸਾਰੇ ਘਰ ਅੱਖਾਂ ਦੇ ਸਾਹਮਣੇ ਆ ਜਾਂਦਾ ਕਦੀ ਕਦੀ ਦਿਲ ਕਰਦਾ ਜੀ ਦੇਖਣ ਨੂੰ ਵੀ ਕਿਤੇ ਉਹ ਘਰ ਦੇਖੀਏ ਜਿੱਥੇ ਬਚਪਨ ਦੇ 7 ਦਿਨ ਗੁਜ਼ਾਰੇ ਜਿਹਨਾਂ ਗਲੀਆਂ 'ਚ ਖੇਡੇ ਆ ਬਸ
अपने हिम्मत नहीं तो हूं क्या वेखना दिल तो करता वैसे हिम्मत वाली गल तो एक वक्री है ना जी पर दिल च तो कदी कदी ख्याल आ जाता ना भी सत्तां सालां दे सीगे एडे सी इत्थे असीं खेडदे हुंदे सीगे हाल साडा इत्थे भी उहो ही आ अल्लाह दी रहमत ओहदी नजर करम बिलकुल उत्थे भी जिहड़े असीं उठे आ ते मुसलमानां दी लड़की लै गए अच्छा सिख तुहाडे पिंड चो नहीं साडे तो अगला पिंड सी तहसील पलथ अच्छा पलथां चो पलथां च अच्छा ਸਾਨੂੰ ਆ ਕੇ ਦੱਸਿਆ ਲੁਹਾਰ ਨੇ ਅੱਛਾ ਮੇਰੇ ਵਾਲਦ ਸਾਹਿਬ ਨੂੰ ਬਈ ਬਾਬਾ ਜੀ ਆ ਵਾਕਿਆ ਤੇ ਸਾਡੇ ਗੁਆਂਢ ਸਿੱਖਾਂ ਦੇ ਘਰ ਉਹ ਲੜਕੀ ਬੈਠੀ ਆ ਅੱਛਾ ਆ ਵਾਕਿਆ ਹੋਇਆ ਉਹਨੇ ਕਿਹਾ ਹੁਣ ਸਾਨੂੰ ਲੱਭ ਜੂਗੀ ਉਹਨੇ ਕਿਹਾ ਲੱਭ ਜੂ ਅੱਛਾ ਜਿਹੜਾ ਉਸ ਵਕਤ SHO ਸੀ ਉੱਥੇ ਉਹ ਮੁਸਲਮਾਨ ਸੀ ਅੱਛਾ ਹੈ ਰਾਜਪੂਤ ਸੀ ਪਲੱਥਾਂ ਦਾ ਪਲੱਥਾਂ ਅੱਛਾ ਮੇਰਾ ਬਾਲਦ ਉਹਦੇ ਕੋਲ ਗਿਆ ਉਹਨੂੰ ਆਖਿਆ ਬਈ ਇੱਕ ਨੇਕੀ ਦਾ ਕੰਮ ਆਪਾਂ ਕਰ ਲਈਏ ਉਹਨੇ ਆਖਿਆ ਦੱਸ ਆਹ ਗੱਲ ਉਹਨੇ ਆਖਿਆ ਚਲੋ ਉਹਨੇ ਚਾਰ ਸਿਪਾਹੀ ਲੈ ਲਏ ਆਪ ਹੋ ਗਿਆ ਇਹ ਉਸ ਘਰ ਨੂੰ ਉਹ ਆਖਿਆ ਸੀ ਮਿਸਤਰੀ ਅੱਗੇ ਖੜਾ ਸੀ ਉਹਨੇ ਇਸ਼ਾਰਾ ਕੀਤਾ ਜੀ ਵਿਆਹ ਘਰ ਆ ਇਹਨੇ ਜਾ ਕੇ ਲੜਕੀ ਬੂਹੇ ਅੰਦਰ ਕੁੰਡੇ ਦਿੱਤੇ ਸੀ ਖੜਕਾਇਆ ਉਹ ਘਰ ਵਾਲੇ ਤਾਂ ਭੱਜ ਨਾ ਸਕਿਆ ਇੱਕ ਕਾਬੂ ਆਇਆ ਉਹ ਫੜ ਲਿਆ ਅਤੇ ਉਹ ਜਿਹੜੀ ਮਾਂ ਲੜਕੀ ਸੀ ਉਹ ਅੰਦਰ ਸੀ ਫਿਰ ਬਰਜਾਰਾ ਸਾਹਿਬ ਨੂੰ ਆਖਿਆ SHO ਨੇ ਵੀ ਅੱਬੇ ਨੇ ਵੀ ਵੀ ਬੱਚੀ ਬੂਹਾ ਖੋਲ੍ਹ ਤੂੰ ਅਸੀਂ ਮੁਸਲਮਾਨ ਆਖਣੇ ਤੈਨੂੰ ਲੈ ਉਸ ਵੇਲੇ ਉੱਠੀ ਉਹਨੇ ਬੂਹਾ ਖੋਲ੍ਹ ਦਿੱਤਾ ਅਸੀਂ ਉਹਨੂੰ ਲੈ ਆਉਂਦਾ ਆਪਣੇ ਕੋਲ ਇੱਥੇ ਜਿਹੜੇ ਅੰਬਰਸਰ ਆਇਆ ਉਹਨੂੰ ਅਸੀਂ ਆਖਿਆ ਬਾਪ ਮੇਰੇ ਨੇ ਵੀ ਤੂੰ ਬੱਚਾ ਜੇ ਤੇਰਾ ਕੋਈ ਆਵੇ ਨਾ ਰਿਸ਼ਤੇਦਾਰ ਨਜ਼ਰ ਤਾਂ ਸਾਨੂੰ ਦੱਸੇ ਵੀ ਆਹ ਮੇਰਾ ਰਿਸ਼ਤੇਦਾਰ ਆ ਅਸੀਂ ਤੈਨੂੰ ਉਹਨੂੰ ਦੇ ਦਈਏ ਅੱਛਾ ਉਹ ਥਣਦਾਰ ਤਾਂ ਉੱਥੇ ਸੀਗਾ ਸਾਨੂੰ ਦੇ ਕੇ ਅਸੀਂ ਜਿਲ੍ਹੇ ਇੱਥੇ ਵਾਹਗੇ ਬਾਰਡਰ 'ਤੇ ਆਏ ਹਾਂ ਨਾ ਇੱਥੇ ਫਿਰ ਉਹਦੇ ਰਿਸ਼ਤੇਦਾਰ ਇੱਕ ਮਾਈ ਅਤੇ ਇੱਕ ਬੰਦਾ ਅੱਛਾ ਉਹਦੇ ਫੁੱਫੀ ਸੀ ਉਹਦੀ ਜੀ ਉਹਨੇ ਉਸ ਲੜਕੀ ਆਖਿਆ ਜੀ ਮੇਰੇ ਆ ਹੋ ਜਾਂਦੇ ਆ ਅੱਛਾ ਉਸ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਸੱਦਿਆ ਆਇਆ ਉਹਨਾਂ ਕਿ ਬਈ ਲੜਕੀ ਵੀ ਉਹਨਾਂ ਕਿ ਸਾਡੀ ਹੈ ਜਾਓ ਬਈ ਲੈ ਜਾਓ ਨਹੀਂ ਉਹ ਜਦੋਂ ਫਿਰ ਉਹਨਾਂ ਨੂੰ ਮਿਲੀ ਜੀ ਦੁਬਾਰਾ ਉਹ ਲੜਕੀ ਚਾਰ ਦਿਨਾਂ ਬਾਅਦ ਹੀ ਮਿਲੀ ਹੋਊਗੀ ਨਹੀਂ ਜੀ 8-7 ਦਿਨ ਬਾਅਦ 8-7 ਦਿਨ ਬਾਅਦ ਅਤੇ ਉਦੋਂ ਜਾਂ ਜਿਨ੍ਹਾਂ ਨਾਲ ਉਹਦੇ ਖੂਨ ਦੇ ਰਿਸ਼ਤੇ ਸੀ ਲੜਕੀ ਦੇ ਜਿਨ੍ਹਾਂ ਨੂੰ ਉਹਨੇ ਪਛਾਣਿਆ ਉਹਨਾਂ ਦੇ ਕੀ ਜਜ਼ਬਾਤ ਸੀ ਇੱਕ ਦੂਜੇ ਦੇ ਗੱਲ ਲਗ ਲੱਗ ਕੇ ਤਾਂ ਰੋਂਦੇ ਹੋਣਗੇ ਆਹੋ ਜੀ ਅਤੇ ਹੋਰ ਕੀ ਹੋਣਾ ਸੀ ਫਿਰ ਗੱਲ ਤਾਂ ਲੱਗਣਾ ਹੀ ਆ 8 ਦਿਨ ਜਿਹੜੀ ਸੀ ਤੁਹਾਡੇ ਵੱਡਿਆਂ ਨੇ ਤੁਹਾਡੇ ਵਾਲਦਿਆਂ ਨੇ ਸੰਭਾਲਿਆ ਉਹਨੂੰ ਆਹ ਉਹਨਾਂ ਕੋਲ ਲੈ ਆਉਂਦੀ ਪਹਿਲੇ ਉਹਨਾਂ ਕੋਈ ਸੀ ਸਿੱਖਾਂ ਦੇ ਘਰ ਹੀ ਮਿਸਤਰੀਆਂ ਦੇ ਨਾਲ ਘਰ ਸੀ ਰੋਟੀ ਉਹ ਮਿਸਤਰੀ ਦਿੰਦੇ ਸੀ ਖਾਣੀ ਉਹਨੇ ਕੀ ਸੀ ਵਿਚਾਰੀ ਨੇ ਉਹ ਤਾਂ ਦੁੱਖਾਂ ਦੀ ਮਾਰੀ ਸੀ ਜੀ ਅਤੇ ਉਹ ਫਿਰ ਉੱਥੋਂ ਉਹਨੂੰ ਕੱਢਿਆ ਅਤੇ ਉਹਨੇ ਲੈ ਆਉਂਦਾ ਜਿਹੜੇ ਉਹਨੂੰ ਦੇ ਦਿੱਤਾ ਉਹ 'ਚ ਲੈ ਗਏ ਪਾਕਿਸਤਾਨ ਨੂੰ ਫਿਰ ਤਾਂ ਵੜ ਗਿਆ ਹਰ ਕੋਈ ਚਲੋ ਬਾਈ ਅਤੇ ਉਹ ਜਿਹੜਾ ਖਾਨਦਾਨ ਸੀਗਾ ਜੀ ਜਿਹਨਾਂ ਦੀ ਉਹ ਬੱਚੀ ਸੀਗੀ ਉਹ ਫਿਰ ਤੁਹਾਡੇ ਨਾਲ ਹੀ ਆ ਗਿਆ ਕਿ ਉੱਥੋਂ ਵਿਛੜ ਗਏ ਨਹੀਂ ਨਹੀਂ ਉਹ ਤਾਂ ਇਕੱਠੇ ਹੀ ਉੱਥੋਂ ਤਾਂ ਨਿਕਲੇ ਵਾਹ ਕੇ ਬਾਰਡਰ 'ਚ ਆ ਕੇ ਫਿਰ ਹਰ ਕੋਈ ਕਿਸੇ ਪਾਸੇ ਗਿਆ ਇਹਦਾ ਮਤਲਬ ਆ ਵੀ ਉਹ ਬੱਚੀ ਜਿਹੜੀ ਸੀ ਉਹ ਤੁਹਾਡੇ ਵੜਕੇ ਅਗਰ ਨਾ ਹੁੰਦੇ ਤੇ ਉਹਦੀ ਜ਼ਿੰਦਗੀ ਪਤਾ ਨਹੀਂ ਉੱਥੇ ਕਿੱਦਾਂ ਦੀ ਗੁਜ਼ਰਦੀ ਜਾਂ ਉਹਦੇ 'ਤੇ ਕੀ ਬੀਤਦੀ ਆਪਣੇ ਆਪ ਨੂੰ ਮਾਰ ਲੈਂਦੀ ਜਾਂ ਕੋਈ ਉਹਨਾਂ ਦਾ ਨੁਕਸਾਨ ਕਰ ਦਿੰਦੀ ਅਤੇ ਇਹ ਕਹਿ ਲਓ ਵੀ ਇੱਕ ਜਿਹੜਾ ਬੜਾ ਨੇਕੀ ਦਾ ਕੰਮ ਕੀਤਾ ਇੱਕ ਇਨਸਾਨੀਅਤ ਦੀ ਖਿਦਮਤ ਵਾਲਾ ਕੰਮ ਕੀਤਾ ਤੁਹਾਡੇ ਵੱਡਿਆਂ ਨੇ ਹਾਂਜੀ ਉਹ ਤਾਂ ਫਿਰ ਕੀਤਾ ਵੀ ਇਹ ਮੁਸਲਮਾਨਾਂ ਦੇ ਨਾਲ ਵਾਧਾ ਹੋਇਆ ਚਲੋ ਇਹ ਤਾਂ ਨੇਕੀ ਕਰ ਲਈਏ ਉਹ ਮੇਰੇ ਵਾਲਦ ਨੇ ਉਹ ਥਣਦਾਰ ਨੂੰ ਆਖਿਆ ਉਹ ਆ ਗਿਆ ਮੇਰਾ ਵਾਲਦ ਵੀ ਪਹਿਲੇ ਇਸ ਇਲਾਕੇ 'ਚ ਪੁਲਿਸ 'ਚ ਰਿਹਾ ਸੀ ਥਾਣੇ ਸ਼ਹਿਰ ਫਰੀਦ ਅੱਛਾ ਅਤੇ ਮਕਲੋੜਗੰਜ ਅੱਛਾ ਉਹ ਜਦੋਂ ਪਾਰਟੀਸ਼ਨ ਤੋਂ ਪਹਿਲੇ ਉਹ ਪੁਲਿਸ 'ਚ ਸੀਗੇ ਹਾਂ ਇਸ ਇਲਾਕੇ 'ਚ ਰਹੇ ਹਾਂ ਫਿਰ ਉਹ ਛੱਡ ਕੇ ਅਤੇ ਉੱਥੇ ਚਲੇ ਗਏ ਜਿਹੜਾ ਰੌਲਾ ਬਣਿਆ ਉਹਨੇ ਕਿਹਾ ਵੀ ਬਾਲ ਬੱਚੇ ਤਾਂ ਆਪਣੇ ਸੰਭਾਲੀਏ ਅਤੇ ਇਹ ਫਿਰ ਤੁਸੀਂ ਵਾਹਗੇ ਬਾਰਡਰ 'ਚੋਂ ਇੱਥੇ ਸਿੱਧੇ ਚਿਸ਼ਤੀਆਂ ਆ ਗਿਆ ਸੀ ਕਿਸੇ ਹੋਰ ਪਾਸੇ ਗਿਆ ਜੀ ਨਹੀਂ ਨਹੀਂ ਅਸੀਂ ਆ ਗਏ ਸੀ ਗੜਾਂ ਵਾਲੇ ਅੱਛਾ 108 ਚੱਕ ਅੱਛਾ ਜੀ ਉੱਥੇ ਅਸਾਂ ਰਹਿ ਸਾਡਾ ਸਾਰਾ ਖਾਨਦਾਨ ਹੀ ਉੱਥੇ ਆ ਪਿੰਡ ਸਾਲਮ ਰਾਜਪੂਤਾਂ ਦਾ ਹੀ ਆ ਹੁਣ ਵੀ ਉੱਥੇ ਰਾਜਪੂਤ ਹਾਂ ਰਾਜਪੂਤ ਅੱਛਾ ਅੱਛਾ ਕੋਈ ਇੱਕ ਅੱਧਾ ਘਰ ਹੁੰਦਾ ਵਿੱਚ ਰਾਈਆਂ ਦਾ ਹੋਵੇ ਨਹੀਂ ਤਾਂ ਬਸ ਸਾਰੇ ਇਹੋ ਹੀ ਸੀ ਮਸਲੋ ਜਿਵੇਂ ਪਿੱਛੇ ਬੱਜਵਾਂ ਚੱਕ ਸੀ ਰਾਜਪੂਤਾਂ ਦਾ ਉੱਥੇ ਵੀ ਆ ਗਏ ਬੱਜਵਾਂ ਚੱਕ ਹੀ ਰਾਜਪੂਤ ਸਾਰੇ ਉੱਥੇ ਆ ਗਏ ਵਿੱਚੋਂ ਕਈ ਘਰ ਵਿੱਚੋਂ ਫੁੱਟੇ ਜਿਹੜੇ ਕੋਈ ਕਿਤੇ ਚਲੇ ਗਏ ਅਸੀਂ ਫਿਰ ਇੱਥੇ ਬੈਠੇ ਰਹੇ ਰਕਬੇ ਵੀ ਅਲਾਟ ਹੋਏ ਜੜਾਂ ਵਾਲੇ 108 ਚੱਕ ਅੱਛਾ ਅਸੀਂ ਉੱਥੋਂ ਫਿਰ ਛੱਡ ਗਏ ਵਾਲਦ ਸਾਡੇ ਆਖਿਆ ਉਹਨਾਂ ਨੇ ਆਹ ਪਸੰਦ ਸੀ ਚਿਸ਼ਤੀਆਂ ਅੱਛਾ ਉਹਨਾਂ ਆਖਿਆ ਵੀ ਨਹੀਂ ਮੈਂ ਤਾਂ ਉੱਥੇ ਜਾਣਾ
असल इस इलाके च पहले रहे सी ना पुलिस, पुलिस च रहे सी ने थाने शहर फरीद, उन्हें फिर रकबा लाद करा लिया मौजा जेजुआ, पहले इत्थे कीता 3 फोड़ दरिया के किनारे, फिर उत्थे मौजे जेजुआ च लै लिया। मौजे जेजुआ चो उमर हुण रकबा वेच के ते इत्थे चिश्तियां आ गए, रकबा लै लिया वैड़ी रत्ते टिब्बे। बस मसलन यह है जी कि तुहानू अल्लाह ताला दी जात दी तुहाडे ते इक खास करम सी कि उत्थे रहिंदे आ वी सुख सी, राह च आउंदे आ वी सुख रहा, अल्लाह दी रहमत रे, इत्थे आ के वी अल्लाह ताला दी जात ने सुख दिता। नहीं बड़ी कोई किसे तरह दी तकलीफ कोई नहीं। ठीक है बाबा जी, बहुत मेहरबानी जी, शुक्रिया कि तुसी सानू अपनी हिस्टरी सुनाई। ते प्यारे पंजाबी वीरो, उम्मीद करदे आ कि अज दी हिस्टरी तुहानू पसंद आऊगी। अल्लाह ताला दी रहमत।